ਵਾਲਿਕ ਜੀ ਇੱਕ ਸਵਾਲ ਹੋਰ ਹਲਕਾ ਗਿਲ ਦੇ ਜੇਕਰ ਆਪਾਂ ਸਰਪੰਚ ਭਾਈਚਾਰੇ ਜਿਹੜੇ ਕਾਂਗਰਸੀ ਨੇ ਜਾਂ ਇਸ ਸਮੇਂ ਜੋ ਮੌਜੂਦਾ ਅਕਾਲੀ ਸਰਪੰਚ ਭਾਈਚਾਰਾ ਕਿਤੇ ਨਾ ਕਿਤੇ ਜਾ ਕੇ ਉਹਨਾਂ ਦੀ ਇਹ ਵੀ ਸ਼ਿਕਾਇਤ ਹੈ ਕਿ ਮੌਜੂਦਾ ਸਰਕਾਰ ਉਹਨਾਂ ਨਾਲ ਵਿਤਕਰਾ ਕਰਦੀ ਹੈ ਮੰਨ ਲਓ 1 ਮਿੰਟ ਜੀ ਮੰਨ ਲਓ 2022 ਦੇ ਵਿੱਚ ਅਕਾਲੀ ਸਰਕਾਰ ਆ ਜਾਂਦੀ ਹੈ ਤਾਂ ਕੀ ਅਕਾਲੀ ਸਰਕਾਰ ਵੀ ਭਾਜੀ ਮੋੜੇਗੀ ਤੇ ਕਾਂਗਰਸੀ ਸਰਪੰਚਾਂ ਨਾਲ ਵਿਤਕਰਾ ਕਰੇਗੀ ਦੇਖੋ ਅਸੀਂ ਕਿਸੇ ਨਾਲ ਨਿਜਾਇਜ਼ ਵਿਤਕਰਾ ਨਹੀਂ ਕਰਦੇ ਲੇਕਿਨ ਇਸ ਵਿਧਾਇਕ ਨੇ ਤਾਂ ਇੱਕ ਮਿਸਾਲ ਕਾਇਮ ਕਰਤੀ ਹੈ ਪੰਜਾਬ ਦੇ ਵਿੱਚ ਇਨੇ ਤਾਂ ਇਹਨੇ ਤਾਂ ਆਪਦੇ ਸਰਪੰਚ ਨਹੀਂ ਬਖਸ਼ੇ ਸਰਪੰਚ ਨੂੰ ਜੇ 13ਵੇਂ ਬਿੱਟ ਕਮਿਸ਼ਨ ਤੇ ਜਾਂ ਕੋਈ ਗ੍ਰਾਂਟ ਹੋਰ ਆਈ ਆ ਥੋੜੀ ਬਹੁਤੀ ਤੇ ਉਹਨੂੰ ਅਖਤਿਆਰ ਨਹੀਂ ਹੈਗਾ ਆਪਦੀ ਮਰਜ਼ੀ ਨਾਲ ਖਰਚ ਕਰਨ ਦੇ ਖਰਚਦਾ ਇਹ ਕਰਦਾ ਇਹਨੇ ਸਰਪੰਚ ਨੂੰ ਚੈੱਕ ਦੇ ਕੇ ਚੈੱਕ ਉਹ ਤੋਂ ਲੈ ਲੈਣਾ ਵਾ ਜੀ ਕਿਸੇ ਸਰਪੰਚ ਨੂੰ ਅਖਤਿਆਰ ਨਹੀਂ ਹੈਗਾ ਵੀ ਉਹ ਆਪਦੀ ਮਰਜ਼ੀ ਨਾਲ ਤੇਲਾਂ ਖਰੀਦ ਲਵੇ ਉਹ ਆਪਦੀ ਮਰਜ਼ੀ ਨਾਲ ਰੇਤਾ ਖਰੀਦ ਲਵੇ ਉਹ ਆਪਦੀ ਮਰਜ਼ੀ ਨਾਲ ਸੀਮੈਂਟ ਖਰੀਦ ਲਵੇ ਉਹ ਸਾਰਾ ਕੰਮ ਵੀ ਇਹ ਮਤਲਬ ਬਹੁਤ ਬਿਜ਼ਨਸ ਕੰਮ ਦੇ ਵਿੱਚ ਉਹ ਸਾਰਾ ਕੰਮ ਵਿਧਾਇਕ ਸਾਹਿਬ ਆਪ ਹੀ ਕਰਦੇ ਆ